ਮੈਂ ਮਨਜਿੰਦਰ ਸਿੰਘ, ਨੰਬਰਦਾਰ, ਪਿੰਡ ਸੁਖਾਣੀ, ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਹਾਂ ਅਤੇ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਨਿਯੁਕਤ ਕੀਤਾ। ਮੈਂ ਨੰਬਰਦਾਰ ਹੋਣ ਦੇ ਨਾਤੇ ਆਪਣੇ ਅਧਿਕਾਰਾਂ ਨੂੰ ਸਮਝਦਾ ਅਤੇ ਜਾਣਦਾ ਹਾਂ ਅਤੇ ਉਹਨਾਂ ਦੀ ਸਹੀ ਵਰਤੋਂ ਕਰਦਾ ਹੈ। ਕਿਸੇ ਨੂੰ ਵੀ ਤਸਦੀਕ ਕਰਨ ਦੇ ਸਮੇਂ ਮੈਂ ਪੂਰੀ ਤਰ੍ਹਾਂ ਜਾਣਕਾਰੀ ਲੈ ਕੇ ਪੜ੍ਹ ਲਿਖ ਕੇ ਫਿਰ ਤਸਦੀਕ ਕਰਦਾ ਹਾਂ। ਨੰਬਰਦਾਰ ਬਹੁਤ ਪਿੰਡ ਦਾ ਸੂਝਵਾਨ ਹੋਣਾ ਚਾਹੀਦਾ ਜਿਸ ਨੂੰ ਪਿੰਡ ਵਾਲੇ ਚਾਹੁਣ ਅਤੇ ਕਿਸੇ ਨਾਲ ਵੀ ਧੱਕਾ ਨਾ ਹੋਵੇ। ਮੈਂ ਕਾਫੀ ਰਜਿਸਟਰੀਆਂ ਵੀ ਤਸਦੀਕ ਕਰ ਚੁੱਕਾ ਹਾਂ ਅਤੇ ਲੜਕੇ ਅਤੇ ਲੜਕੀਆਂ ਦੇ ਮੈਰਿਜ ਵੀ ਤਸਦੀਕ ਕਰ ਚੁੱਕਾ ਹਾਂ ਅਤੇ ਪਿੰਡ ਦੀਆਂ ਰਜਿਸਟਰੀਆਂ ਵੀ ਕਾਫੀ ਤਸਦੀਕ ਕਰ ਚੁੱਕਾ ਹਾਂ। ਪਿੰਡ ਦਾ ਸਾਂਝਾ ਹੋਣਾ ਚਾਹੀਦਾ ਅਤੇ ਨਿਰਪੱਖ ਹੋਣਾ ਚਾਹੀਦਾ, ਕਿਸੇ ਵੀ ਪਾਰਟੀਬਾਜ਼ੀ ਨਾਲ ਲਿੰਕ ਨਹੀਂ ਰੱਖਣਾ ਚਾਹੀਦਾ ਅਤੇ ਸਰਕਾਰ ਦਾ ਵਫ਼ਾਦਾਰ ਹੋਣਾ ਚਾਹੀਦਾ। ਜਿਵੇਂ ਕੋਈ ਸਰਕਾਰੀ ਪ੍ਰੋਪਰਟੀ ਦਾ ਕੋਈ ਨੁਕਸਾਨ ਕਰਦਾ ਹੋਵੇ ਤਾਂ ਉਸਦੀ ਇਤਲਾਹ ਸਰਕਾਰ ਨੂੰ ਨੰਬਰਦਾਰ ਦੇਵੇ। ਪਿੰਡ ਵਿੱਚ ਵੀ ਕੋਈ ਮਾੜੇ ਅਨਸਰ ਆਉਂਦੇ ਹੋਣ ਜਾਂ ਪਿੰਡ ਵਿੱਚ ਕਿਸੇ ਨਾਲ ਧੱਕਾ ਹੁੰਦਾ ਹੋਵੇ ਤਾਂ ਉਸਦੀ ਵੀ ਇਤਲਾਹ ਦੇਣੀ ਬਣ। ਜ਼ਿਮੀਂਦਾਰ ਬਾਰੇ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਸਦੀ ਹਾਲਤ ਬਹੁਤ ਸਥਿਰ ਹੋ ਰਹੀ ਆ ਕਿਉਂਕਿ ਇਸਦਾ ਜ਼ਿਮੀਂਦਾਰ ਦੀ ਕੋਈ ਜਿਨਸ ਦਾ ਉਹਦਾ ਸਹੀ ਕੋਈ ਭਾਅ ਨਹੀਂ ਮਿਲਦਾ। ਮੈਂ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਜ਼ਿਮੀਂਦਾਰਾਂ ਦੀ ਕੋਈ ਬਣਦੀ ਸਹੂਲਤ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾਵੇ ਅਤੇ ਸਹੀ ਮੰਡੀਆਂ ਦੇ ਵਿੱਚ ਭਾਅ ਲੱਗਾ ਜਾਵੇ ਜ਼ਿਮੀਂਦਾਰ ਦੀ ਜਿਨਸ ਦਾ। ਇਹੀ ਮੈਂ ਅਪੀਲ ਕਰਦਾ ਸਰਕਾਰ ਨੂੰ, ਇਸ 'ਤੇ ਨੱਥ ਮਹਿੰਗਾਈ 'ਤੇ ਨੱਥ ਪਾਉਣੀ ਚਾਹੀਦੀ ਆ। ਜੇ ਸਰਕਾਰ ਨੱਥ ਨਹੀਂ ਪਾਉਂਦੇ ਤਾਂ ਲੋਕ ਸੜਕਾਂ 'ਤੇ ਉਤਰਨ ਲਈ ਮਜਬੂਰ ਹੋ ਜਾਣਗੇ।